गमा दे पहाड़
चल देना अपना टिकाना मन ले हाफिज खुदा चले अंबरा तेरा एक सरताज साड़ी सुनी गल वे सुनी गल वे जा शामा पैनिया यादा आवैनिया जा शामा पैनिया सोहे पानी फेर कोल दा जा शामा पैनिया यादा आवैनिया सोहे रंग पानिया च कोल दा
ਜਿਹੜੇ ਤੁਸੀਂ ਸੁਣ ਰਹੇ ਹੋ ਬਹੁਤ ਬਹੁਤ ਵੱਡੇ ਭਾਗਾਂ ਨਾਲ ਖੁਸ਼ਕਿਸਮਤੀ ਨਾਲ ਚੰਗੀ ਕਿਸਮਤ ਦੇ ਨਾਲ ਇਹੋ ਜਿਹੀ ਮਜਲਿਸ ਬਣਦੀ ਆ, ਫੱਬਦੀ ਆ, ਜਚਦੀ ਆ, ਬਹਿੰਦੀ ਆ। ਮੈਂ ਦੱਸਣਾ ਚਾਹੁੰਦਾ ਕਿਉਂਕਿ ਮੈਂ ਅੱਖੀ ਆਪ ਆਪਣੀ ਫੈਮਿਲੀ ਚੋਂ ਤਾਇਆ ਜੀ ਦੇ ਬੱਚਿਆਂ ਨੂੰ ਪ੍ਰਦੇਸ਼ ਤੁਰਦਿਆਂ ਵੇਖਿਆ। ਜਦੋਂ ਸ਼ਾਮ ਨੂੰ ਜਾਂ ਰਾਤ ਨੂੰ ਉਹਨਾਂ ਨੇ ਤੁਰਨਾ ਹੁੰਦਾ ਸੀ, ਦਿੱਲੀ ਤੋਂ ਫਲਾਈਟ ਹੁੰਦੀ ਸੀ, ਬਹੁਤ ਹੀ ਔਖਵਰਡ ਜਿਹੀ ਟਾਈਮਿੰਗ ਹੁੰਦੀ ਆ, ਅਤੇ ਮਾਵਾਂ ਨੂੰ ਕਦੀ ਵੀ ਇਹ ਇਜਾਜ਼ਤ ਨਹੀਂ ਹੁੰਦੀ ਕਿ ਉਹ ਦਿੱਲੀ ਤੱਕ ਨਾਲ ਛੱਡ ਕੇ ਆਉਣ। ਅਤੇ ਉਹਨਾਂ ਦਾ ਜਿਹੜਾ ਆਖਰੀ ਰਿਸ਼ਤਾ ਹੁੰਦਾ ਆਪਣੇ ਲਾਡਲੇ ਦਾ ਚਾਹੇ ਧੀ ਦਾ, ਜਦੋਂ ਮੈਂ ਪੁੱਤ ਸਾਡੇ ਕਹਿੰਦਾ, ਉਹ ਕਹਿੰਦੇ ਪੁੱਤ ਨਹੀਂ ਹੈਗੇ, ਧੀਆਂ ਵੀ ਨਹੀਂ, ਇਹ ਵੀ ਸਾਡੇ ਪੋਤੇ ਨੇ। ਕੁੜੀਆਂ ਦੇ ਨਾਮ ਦੀ ਜ਼ੋਰ ਦਿੰਦਾ ਮੈਂ ਨਾਲ ਰਿਹਾ। ਅਸੀਂ ਛੋਟੇ ਛੋਟੇ ਹੁੰਦੇ ਸੀ ਕਿਉਂਕਿ ਦੁਆਬੇ 'ਚੋਂ ਬਹੁਤ ਪਹਿਲਾਂ ਲੋਕ ਪ੍ਰਦੇਸ਼ ਆਉਣਾ ਸ਼ੁਰੂ ਹੋ ਗਏ, ਅਤੇ ਮੈਂ ਦੇਖਣਾ ਕਿ ਤਾਏ ਜੀ ਨੇ ਜਿੱਥੇ ਵੀ ਉਹਨਾਂ ਨੇ ਲੁਕੋ ਕੇ ਪੈਸੇ ਰੱਖੇ ਹੁੰਦੇ ਸੀ ਥੋੜ੍ਹਾ ਬਹੁਤ, ਉਹ ਪਹਿਲਾਂ ਕਿਸੇ ਨੂੰ ਨਹੀਂ ਸੀ ਪਤਾ ਹੁੰਦਾ ਕਿ ਉਹਨਾਂ ਕੋਲ ਪੈਸੇ ਹੈਗੇ ਆ। ਪਰ ਉਸ ਦਿਨ ਜਿੱਦਣ ਬੁੱਧ ਪ੍ਰਦੇਸ਼ ਤੁਰ ਰਿਹਾ, ਉਹਨਾਂ ਨੇ ਹੌਲੀ ਦਾਣੀ ਸਾਰਿਆਂ ਨੂੰ ਲੁਕੋ ਕੇ ਨਾ ਇੱਦਾਂ ਜੱਫੀ ਪਾਉਂਦੇ ਨੇ ਜੇਬ 'ਚ ਪਾਉਣੇ, ਪੁੱਤਰ ਨੂੰ ਤਾਂ ਪਤਾ ਲੱਗ ਗਿਆ, ਉਹਨਾਂ ਮਾਮਾ ਕੀ ਕਰਦੇ ਤੁਸੀਂ, ਹਾਂ ਬੁੱਧ ਡਾਕਟਰਾਂ ਤੋਂ ਭੁੱਖਾ ਨਾ ਸੁਣ, ਕੰਮ ਕੁੱਮ ਚੱਲੀ ਜਾਂਦੇ ਆ। ਸੋ ਇੱਕ ਵਾਰੀ ਦਿਲੋਂ ਜ਼ੋਰਦਾਰ ਆਪਣੇ ਮਾਪਿਆਂ ਦੀ ਨਾਮ ਦੀ ਤਾਰੀ ਮਾਰ ਦਿਓ। ਇੱਕ ਅਨਕੰਡੀਸ਼ਨਲ ਲਵ ਦੀ ਜੇਕਰ ਓਨਲੀ ਵਨ ਐਗਜ਼ੈਂਪਲ ਪਲੈਨਟ ਅਰਥ 'ਤੇ ਹੈਗੀ ਆ, ਅਤੇ ਉਹ ਮਾਪਿਆਂ ਦੀ ਆਪਣੇ ਬੱਚਿਆਂ ਨਾਲ ਹੁੰਦੀ ਆ। ਇਹ ਦਿੱਲੀ ਜਾਂਦੀ ਗੱਡੀ ਨੂੰ ਨਿਹਾਰੇ ਤਾਕੀਆਂ ਚੋਂ ਪਾਇਆ ਲਾਡਲੇ ਦੀ ਜੇਬ ਵਿੱਚ। ਅੰਮੀ ਨੂੰ ਬੇਚਾਰੀ ਨੂੰ ਤਾਂ ਇੱਕੋ ਹੀ ਫਿਕਰ ਰਹਿੰਦਾ, ਅੰਮੀ ਨੂੰ ਬੇਚਾਰੀ ਨੂੰ ਤਾਂ ਇੱਕੋ ਹੀ ਫਿਕਰ ਰਹਿੰਦਾ। ਇਹ ਲਾਲ ਮੇਰੇ ਚੰਗੀ ਤਰ੍ਹਾਂ ਸੋਏ ਕਿ ਨਹੀਂ ਜੀ, ਇੱਕ ਗੱਲ ਸਰਤਾਜ ਪੁੱਛੇ। ਓਏ ਤੁਸੀਂ ਵੀ ਯਾਦਾਂ 'ਚ ਕਦੇ ਰੋਏ ਕਿ ਨਹੀਂ ਜੀ, ਇੱਕ ਗੱਲ ਸਰਤਾਜ ਪੁੱਛੇ। ਔਖੇ ਸੌਖੇ ਹੋ ਕੇ ਜਦੋਂ ਭੇਜਿਆ ਸੀ ਮਾਪਿਆਂ ਨੇ ਸੁਪਨੇ, ਉਹ ਪੂਰੇ ਦੱਸੀ ਹੋਏ ਕਿ ਨਹੀਂ ਜੀ, ਤੁਹਾਡੇ ਬਾਪੂ ਜੀ ਹੀ ਪੁੱਛਦੇ ਸੀ। ਆ ਪੁੱਤ ਸਾਡੇ ਪੈਰਾਂ ਤੇ ਖਲੋਏ ਕਿ ਨਹੀਂ, ਘਰਾਂ ਤੋਂ ਦੂਰ ਹੋਏ ਦੁਨੀਆਂ ਦਿਨ ਪਹਿਲਾਂ ਜਾਣੀ ਰਿਹਾ, ਇਹ ਕਠੋਰ ਹੋ ਗਿਆ। ਦਿਲ ਪਹਿਲਾਂ ਜਾਣੀ ਰਿਹਾ, ਇਹ ਕਠੋਰ ਹੋ ਗਿਆ। ਵੇਖੇ ਦੁਨੀਆ ਦੇ ਰੰਗ ਹੋਏ, ਦੁਨੀਆ ਦੇ ਰੰਗ ਥੋੜਾ ਹੋਰ ਹੋ ਗਿਆ। ਕਿ ਦਿਲ ਸਕੂਲ ਬਣਾ ਨਹੀਂ ਰਿਹਾ, ਕਦੇ ਪਿੱਪੜਾਂ ਦੇ ਪੱਤਿਆਂ ਦੀ ਪੀਪਣੀ ਬਣਾਉਣੀ, ਕਦੇ ਖੜ ਦਰਵਾਜ਼ਿਆਂ ਦੀ ਖੋਦ ਕੀ ਵਜਾਉਣੀ। ਹੁਣ ਨਗਮਾ ਸਾਰੰਗੀਆਂ ਦਾ, ਨਗਮਾ ਸਾਰੰਗੀਆਂ ਦਾ ਸ਼ੋਰ
ਜਦੋਂ ਲੱਗਦੀ ਗੁਲਾਬੀ ਅਰਮਾਨਾਂ ਦੇ ਸੰਦੂਕ ਦੀ ਸੀ ਸਾਡੇ ਕੋਲ ਚਾਬੀ ਇੱਥੇ ਆਪਣੀਆਂ ਸਦਰਾਂ ਦਾ ਆਪਣੀਆਂ ਸਦਰਾਂ ਦਾ ਚੋਰ ਹੋ ਗਿਆ ਰਾਤਾਂ ਨੂੰ ਕਦੀ ਗਿਣੇ ਨਹੀਂ ਤਾਰੇ ਹੁਣ ਬੱਦਲਾਂ ਦੇ ਨਾਲ ਵੀ ਨਹੀਂ ਭਰੀ ਦੇ ਹੁੰਗਾਰੇ ਚੰਦ ਨਕਦੀ ਬਣਾ ਕੇ ਐਵੇਂ ਛੱਤ ਤੇ ਲਵਾ ਕੇ ਮੈਂ ਚਕੋਰ ਹੋ ਗਿਆ ਇੱਕ ਗੀਤ ਸਰਤਾਜ ਨੇ ਸੁਣਾਇਆ ਇੰਜ ਲੱਗਿਆ ਕਿਸੇ ਨੇ ਜਿਵੇਂ ਪਿੰਡੋਂ ਹੀ ਬੁਲਾਇਆ ਮੈਨੂੰ ਐਸਾ ਇੱਕ ਗੀਤ ਸਰਤਾਜ ਇੰਜ ਲੱਗਿਆ ਕਿਸੇ ਨੇ ਪੰਜਾਬ ਤੋਂ ਬੁਲਾਇਆ ਉਹਦਾ ਗੀਤ ਸੁਣ ਨਵਾਂ ਨਵਾਂ ਗੀਤ ਸੁਣ ਨਵਾਂ ਤੇ ਨਕੋਰ ਹੋ ਗਿਆ ਕਿਉਂਕਿ ਜਦੋਂ ਤੁਸੀਂ ਰੋ ਲੈਂਦੇ ਆ ਦਿਲ ਹਲਕਾ ਹੋ ਜਾਂਦਾ ਫਿਰ ਤੁਸੀਂ ਵਾਈਟਲ ਵਸੀ ਤਰੀਕੇ ਨਾਲ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਨਾਲ ਦੇਖ ਸਕਦੇ ਆ ਸੋ ਇਸ ਕਰਕੇ ਇੱਕ ਵਾਰੀ ਜ਼ੋਰ ਦਾ ਤਾੜੀ ਆਪਣੀ ਧਰਤੀ ਦੇ ਨਾਮ ਦੀ ਸਭ ਤੋਂ ਮਹਿੰਗੀ ਹੁੰਦੀ ਹੈ ਮਾਂ ਸੋਹਣੀਆ ਸੋਹਣੇ ਤਾਂ ਉਜਲੋ ਬਥੇਰੇ ਹੁੰਦੇ ਨੇ ਆਏ ਜਿਨ੍ਹਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ ਦੁਨੀਆਂ ਤੇ ਕੁਝ
ਸਜਣਾ ਤੇਰੇ ਬਿਨਾ ਇਹ ਦਿਲ ਕਮਲਾ ਡੁੱਬ ਡੁੱਬ ਜਾਵੇ ਕਮਲਾ ਡੁੱਬ ਡੁੱਬ ਜਾਵੇ ਸਜਣਾ ਤੇਰੇ ਬਿਨਾ ਸਜਣਾ ਤੇਰੇ ਬਿਨਾ
चंद भी हुण तेरे अधीन जिहा लगदा Oh,
ਜਿਹੜੇ ਲੋਕ 758 ਸੀਗੇ ਨਾ 928 ਹਾਊ ਪ੍ਰੀਸਾਈਜ਼ ਆਈ ਐਮ ਸੋ ਵੀ ਆਰ ਗੈਟਿੰਗ ਅ 10 ਟੂ 15 ਮਿੰਟਸ ਬ੍ਰੇਕ ਸੋ ਉਸ ਤੋਂ ਬਾਅਦ ਲੈਂਦੇ ਹੈਵ ਯੂ ਇੰਜੋਇਡ ਖੜਿਆ ਠਹਿਰ ਪਾਈ
ਆਸ ਨੇ ਦੀਪ ਨੂੰ ਮਿਟਾਈ ਕਿ ਹਵਾ ਜਿਹੀ ਬਸਤੀ ਬਣਾਈ ਜੀ ਅੱਗ ਵਾਂਗੂ ਹੌਸਲੇ ਪਖਾਈ ਅੰਬਰਾਂ ਤੋਂ ਸੋਚ ਮੰਗਵਾਈ ਜ਼ਮੀਨ ਗਈਆਂ ਖੂਬੀਆਂ ਲੈ ਆਈ ਮੇਰਾ ਵਾਲੇ ਬੀਵੀ ਵਰਸਾਈ ਦਿਲਾਂ ਦੇ ਜ਼ਿੰਦਗੀ ਦੇ ਬੋਝ ਨੂੰ ਚੁਕਾਈ ਆ ਫਿਕਰਾਂ ਨੂੰ ਹਵਾ ਚ ਉਡਾਈ ਤੇ ਸਾਰੇ ਲੱਗੇ ਦਾਗ ਵੀ ਤੁਮਾਈ ਆ ਦੇਖੀ ਕਿਤੇ ਭੁੱਲਦੀ ਨਾ ਜਾਈ ਜੀ ਨਾਲ ਨਾਲ ਤਾੜੀਆਂ ਵਜਾਈ ਆ ਡਿੱਗੀਏ ਤਾਂ ਫੜ ਕੇ ਉਠਾਈ ਛੇਤੀ ਪਿਆਰ ਵੀ ਦੁਆਈ ਅੱਛਾ ਤੁਸੀਂ ਸਾਈਂ ਗਾਇਓ ਆਪਾਂ ਥੋੜ੍ਹੀ ਜਿਹੀ ਤੁਹਾਡੇ ਲਈ ਦੁਆਵਾਂ ਮੰਗਦੇ ਜਿਹੜੀਆਂ ਪਰਟੀਕੁਲਰ ਦੁਆਵਾਂ ਨਹੀਂ ਹੁੰਦੀਆਂ ਸਾਈਂ ਇਹ ਸਾਡੀ ਫਰਿਆਦ ਤੇਰੇ ਤਾਈਂ ਮਾਪਿਆਂ ਦਾ ਵੀਜ਼ਾ ਵੀ ਦੁਆਈਂ ਸਾਈਂ ਵੇ ਛੇਤੀ ਛੇਤੀ ਵਿਆਹ ਵੀ ਕਰਾਈ ਸਾਈਂ ਵੇ ਸੋਹਣੀ ਜਿਹੀ ਵੋਟੀ ਵੀ ਦੁਆਈਂ ਇਕੱਠਿਆਂ ਨੂੰ ਪੰਜਾਬ ਲੈ ਕੇ ਜਾਈ ਸਾਈਂ ਵੇ ਉੱਥੇ ਸਕੂਲ ਦਾ ਗੇੜਾ ਵੀ ਲਵਾਈ ਸਾਈਂ ਵੇ ਹੁਣ ਕਿਤੇ ਪੁਰਾਣੀ ਮਸ਼ਹੂਰ ਨਾ ਮਿਲਾਈ ਕਰਾਇਆ ਕਿ ਬੁੱਧ ਸੱਟਾ
सह सह के तरह शौदा है
ਕਿਸ ਅਲਫਾਜ ਨੇ ਸੀ ਅੱਖੀਆਂ ਮਿਲਾਇਆ ਜੀ ਕਮਾਲ ਹੋ ਗਿਆ ਸਾਡੇ ਜ਼ੰਦਿਆਂ ਨੇ ਸਖਾਉਂਦਾ ਟਹਿਕਣਾ
ਜਾਲੀ 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 ਕਿਵੇਂ ਵੀ ਇਹਦਾ ਮੱਠ ਹੋ ਗਿਆ ਤੇ ਮਾਰਕੀਟ ਸ਼ਹਿਰ ਸੀ ਮੋਹਾਲੀ ਕੇ ਜਿਹੜੇ ਦਿਨ ਪੈਣ ਜਾਣਾ ਸੀ ਉਦੋਂ ਬੋਤਲਾਂ ਮੰਗਾਲੀਆਂ ਜਾਲੀ ਤੇ ਚੜ੍ਹ ਗਿਆ ਤੇ ਇੱਕ ਬੱਚ ਕੇ ਜਾਂ ਦੋ ਤਰੀਕ ਨੂੰ ਬਰੋਲੀ ਤੇ ਜਾਂ ਰਿਲਰ ਬਾਰੇ ਮਾਰਦੇ ਰੋੜ ਬਈ ਸਿੰਘ ਲੁਧਿਆਣੇ ਵਾਲੀ ਕੇ ਉੱਥੇ ਜਾ ਕੇ ਕਹਾ ਲਾਵੇ ਇਹਨੂੰ ਵਜਦੀ ਕਲਾਸਮੈਂਟ ਬਣ ਗਈ ਨਹੀਂ ਤੇ ਮੋੜੋ ਚੰਡੀਗੜ੍ਹ ਤੋਂ ਪਰੇਸ਼ਾਨ ਹੈ ਸਿੱਖ ਦੇ ਕੇ ਬੜੀ ਗੱਡੀ ਬੜੀ ਬਾਈਪਾਸ ਹੋ ਕੇ ਸ਼ਾਂਤੀ ਹੋ ਗਈ ਸੀ ਗੱਡੀ ਦੇ ਅੱਗੇ ਜਾ ਕੇ ਨਾਕਾ ਲੱਗਿਆ ਹੋ ਅੱਗੇ ਜਾ ਕੇ ਨਾਕਾ ਲੱਗਿਆ ਥੋੜੀ ਜਿਪਸੀ ਟ੍ਰੈਫਿਕ ਬੜੀ ਗੱਡੀ ਤੇ ਸੀ ਜਾ ਕੇ ਧਾਰੀਆਂ ਨੱਚਣ ਦੀਆਂ ਕਬੀਲ ਧਾਰੀਆਂ ਜੋ ਵੀ ਗੱਲ